ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ ਸਟੈਪਿੰਗ ਸਟੋਨ ਪੰਜਾਬੀ ਰੀਡਰ ਪੰਜ ਵਿੱਚ ਤੁਹਾਨੂੰ ਸਾਰਿਆਂ ਨੂੰ ਨਿੱਗੀ ਜੀ ਆਇਆਂ ਮੈਂ ਅਰਸ਼ੰਦਰ ਪਾਲ ਕੌਰ ਅੱਜ ਤੁਹਾਡੇ ਲਈ ਪਾਠ ਨੰਬਰ 19 ਲੈ ਕੇ ਹਾਜ਼ਰ ਹਾਂ ਚਲੋ ਚੱਲੀਏ ਨਵਾਂ ਪਾਠ ਸਿੱਖੀਏ ਸਰ ਦਾ ਅੱਜ ਦਾ ਪਾਠ ਹੈ ਕੜਾ ਪ੍ਰਸ਼ਾਦ ਬਣਾਉਣ ਦਾ ਤਰੀਕਾ ਜਾਂ recipe right so see how we make kada prasad so bachcho toanu yaad hoyega ki pichhla part saada siga history of kada prasad kada prasad kadon to shuru hoya te toanu yaad hoyega ki sade pehle guru sahib guru nanak sahib ji de samay ton kada ਕੜਾ ਪ੍ਰਸ਼ਾਦ ਵਰਤਨਾ ਸ਼ੁਰੂ ਹੋਇਆ ਸੀ ਤੇ ਸਾਰੀ ਸੰਗਤ ਵਿੱਚ ਵਰਤਾਇਆ ਜਾਂਦਾ ਸੀ ਤੇ ਸਾਰੇ ਗੁਰੂ ਸਾਹਿਬਾਨ ਦੇ ਟਾਈਮ ਕੜਾ ਪ੍ਰਸ਼ਾਦ ਦੀ ਟ੍ਰੈਡੀਸ਼ਨ ਇਸੇ ਤਰ੍ਹਾਂ ਚੱਲਦੀ ਰਹੀ ਹੁਣ ਕੜਾ ਪ੍ਰਸ਼ਾਦ ਗੁਰੂ ਦੀ ਸੰਗਤ ਵਿੱਚ ਉਸੇ ਤਰ੍ਹਾਂ ਹੀ ਵਰਤਾਇਆ ਜਾਂਦਾ ਹੈ ਤੇ ਇਸੇ ਤਰ੍ਹਾਂ ਹੀ ਵਰਤਾਇਆ ਜਾਂਦਾ ਰਹੇਗਾ ਹਨਾ ਜਿੰਨੀ ਦੇਰ ਤੱਕ ਅਸੀਂ ਰਵਾਂਗੇ ਜਿੰਨੀ ਦੇਰ ਤੱਕ ਸਾਰੀ ਦੁਨੀਆ ਰਹੇਗੀ ਸੋ ਕੜਾ ਪ੍ਰਸ਼ਾਦ ਇਸੇ ਤਰ੍ਹਾਂ ਹੀ ਵਰਤਦਾ ਰਹੇਗਾ ਸੰਗਤ ਦੇ ਵਿੱਚ ਠੀਕ ਹੈ ਜੀ ਸੋ ਹੁਣ ਅਸੀਂ ਕਿੜਾ ਪ੍ਰਸ਼ਾਦ ਬਣਾਉਣ ਦਾ ਅੰਦਾਜ਼ ਤਰੀਕਾ ਸਿੱਖਦੇ ਹਾਂ ਹਮੇਸ਼ਾ ਦੀ ਤਰ੍ਹਾਂ ਇਹਦੇ ਵਿੱਚ ਜਿਹੜੇ ਅ ਮੁਸ਼ਕਿਲ ਸ਼ਬਦ ਹੁੰਦੇ ਆ ਪਾਠ ਦੇ ਵਿੱਚ ਅਸੀਂ ਉਹਨਾਂ ਨੂੰ ਸਿੱਖਦੇ ਹਾਂ ਪਹਿਲਾਂ ਤੇ ਫਿਰ ਉਸ ਉਹਦੇ ਮਦਦ ਦੇ ਨਾਲ ਸਾਨੂੰ ਪਾਠ ਜਿਹੜਾ ਹੈ ਸਮਝਣਾ ਸੌਖਾ ਹੋ ਜਾਂਦਾ ਹੈ ਤੇ ਇਸ ਕਰਕੇ ਪਹਿਲਾਂ ਅਸੀਂ ਉਹਨਾਂ ਸ਼ਬਦਾਂ ਨੂੰ ਸਿੱਖੀਏ ਪਹਿਲਾ ਸ਼ਬਦ ਹੈ ਗੁਣ ਮੀਨ ਕਵਾਲਿਟੀ ਹਿਲਾਉਂਦੇ ਕੀਪ ਸਟਰਿੰਗ ਮਿਠਾਸ स्वीटनेस निम्रता ह्यूमिलिटी निग व ढकन वास्ते टू कवर तैयारी इज प्रपेरनेस और प्रेपरेशन पवित्रता पाइसनेस और सेक्रेडनेस, अग द हीट ऑफ फायर आदर या सत्कार रिस्पेक्ट, जीवन शक्ति पावर ऑफ लाइफ ਪਕਾਉਣ ਲਈ ਟੂ ਕੁਕ ਮੈਡਕੇ ਆਫਟਰ ਮੈਜ਼ਰਿੰਗ ਵਿਚਕਾਰਲੇ ਦਰਜੇ మీడియం ਗ੍ਰੇਡ ਲੋਹਾ ਆਇਰਨ ਖੁਰਚਣਾ ਸਪੈਚੂਲਾ ਮਣਨ ਲਈ ਟੂ ਮੈਜ਼ਰ ਪੇਦ ਪਾਵ ਡਿਸਟਿੰਕਸ਼ਨ ਮਿਲਾਓ ਮਿਕਸ ਪੁਨੋ ਰੋਸਟ ਤੇੜਕਦਾ ਸਪਲੈਟਰ ਸੋ ਇਹਦੇ ਵਿੱਚ ਜਿਹੜੇ ਜ਼ਿਆਦਾ ਸ਼ਬਦ ਹੈਗੇ ਆ ਉਹ ਕਿ ਕੋਈ ਚੀਜ਼ ਅਸੀਂ ਜਦੋਂ ਤਿਆਰ ਕਰਦੇ ਆ ਅਸੀਂ ਕੋਈ ਚੀਜ਼ ਪਕਾਉਂਦੇ ਆ ਹਨਾ ਸੋ ਉਹ ਵਾਲੇ ਸਾਰੇ ਇਹਦੇ ਵਿੱਚ ਜਿਹੜੇ ਵਰਬਸ ਆਈਆਂ ਜਾਂ ਵਰਡਸ ਉਹ ਵਾਲੇ ਆਏ ਨੇ ਕਿ ਕਿਸ ਤਰ੍ਹਾਂ ਅਸੀਂ ਮੈਜ਼ਰਮੈਂਟ ਕਰਦੇ ਆ ਤੇ ਫਿਰ ਅਸੀਂ ਕਿਸ ਤਰ੍ਹਾਂ ਹੀਟ ਦੇ ਉੱਤੇ ਪਕਾਉਂਦੇ ਆ ਸੋ ਇਹਦੇ ਵਿੱਚ ਅਸੀਂ ਕੜਾ ਪ੍ਰਸ਼ਾਦ ਬਣਾਉਣ ਦਾ ਤਰੀਕਾ ਸਿੱਖਣ ਲੱਗੇ ਆ ਕੜਾ ਪ੍ਰਸ਼ਾਦ ਪੰਜ ਚੀਜ਼ਾਂ ਤੋਂ ਬਣਦਾ ਹੈ ਹਰ ਚੀਜ਼ ਸਾਨੂੰ ਕੋਈ ਗੁਣ ਦਿੰਦੀ ਹੈ ਕੋਈ ਸਿੱਖਿਆ ਦਿੰਦੀ ਹੈ ਕਿਓ ਦਾ ਗੁਣ ਸ਼ੁੱਧਤਾ ਅਤੇ ਪਵਿੱਤਰਤਾ ਹੈ ਆਟੇ ਦਾ ਗੁਣ ਜੀਵਨ ਸ਼ਕਤੀ ਹੈ ਖੰਡ ਦਾ ਗੁਣ ਮਿਠਾਸ ਅਤੇ ਪਿਆਰ ਹੈ ਪਾਣੀ ਦਾ ਗੁਣ ਨਿਮਰਤਾ ਹੈ ਕੜਾ ਪ੍ਰਸ਼ਾਦ ਅੱਗ ਦੇ ਸੇਕ ਤੇ ਬਣਦਾ ਹੈ ਅੱਗ ਦੇ ਸੇਕ ਦਾ ਗੁਣ ਨਿਗਧ ਅਤੇ ਤਾਕਤ ਜਾਂ ਸ਼ਕਤੀ ਹੈ ਜਦ ਅਸੀਂ ਕੜਾ ਪ੍ਰਸ਼ਾਦ ਸ਼ੱਕਦੇ ਹਾਂ ਤਾਂ ਸਾਡੇ ਵਿੱਚ ਪਵਿੱਤਰਤਾ ਜੀਵਨ ਸ਼ਕਤੀ ਮਿਠਾਸ ਪਿਆਰ ਨਿਮਰਤਾ ਅਤੇ ਨਿਗਧ ਦੇ ਗੁਣ ਆ ਜਾਣੇ ਚਾਹੀਦੇ ਹਨ ਸੋ ਇਹ ਚੀਜ਼ਾਂ ਜਿਹੜੀਆਂ ਹੈ ਕਿ ਆ ਖੰਡ ਤੁਹਾਨੂੰ ਪਤਾ 슈ਗਰ ਪਾਣੀ ওয়াটার রাইਟ ਕਿਉਂਕੀ রাইਟ ਆਟਾ ਫਲੋਰ ਰਾਈਟ ਵੀਟ ਪਲਾਂ ਜਿੱਥੋਂ ਜਿਸ ਤੋਂ ਅਸੀਂ ਕੜਾ ਪ੍ਰਸ਼ਾਦੀ ਦੇਕ ਤਿਆਰ ਕਰਦੇ ਆ ਤੇ ਅੱਗ ਯੂ نو ਫਾਇਰ ਹੈ ਨਾ ਅੱਗ ਦਾ ਸੇਕ ਅਸੀਂ ਅੱਗ ਬਾਲ ਕੇ ਕੋਈ ਵੀ ਚੀਜ਼ ਬਣਾਉਂਦੇ ਆ ਹੁਣ ਅਸੀਂ ਅੱਗੇ ਸਿੱਖਾਂਗੇ ਕਿ ਕੜਾ ਪ੍ਰਸ਼ਾਦ ਕਿਵੇਂ ਬਣਾਇਆ ਜਾਂਦਾ ਇਹ ਤਾਂ ਜਿਹੜੀਆਂ ਚੀਜ਼ਾਂ ਕੜਾ ਪ੍ਰਸ਼ਾਦ ਦੇ ਵਿੱਚ ਪੈਂਦੀਆਂ ਉਹਨਾਂ ਦੇ ਕਿਹੜੇ ਗੁਣ ਆ ਤੇ ਉਹਨਾਂ ਨੂੰ ਛੱਕ ਕੇ ਸਾਡੇ ਵਿੱਚ ਕਿਹੜੇ ਗੁਣ ਆਉਂਦੇ ਆ ਜਾਂ ਆ ਜਾਣੇ ਚਾਹੀਦੇ ਆ ਠੀਕ ਹੈ ਪ੍ਰਸ਼ਾਦ ਕਿਵੇਂ ਬਣਾਇਆ ਜਾਂਦਾ ਹੈ ਪ੍ਰਸ਼ਾਦ ਬਣਾਉਣ ਲਈ ਹੇਠਾਂ ਲਿਖਿਆ ਤਰੀਕਾ ਵਰਤੋ ਤਿਆਰੀ ਕਰਨ ਲਈ ਕਿੰਨਾ ਸਮਾਂ ਲੱਗੇਗਾ 10 ਮਿੰਟ ਪਕਾਉਣ ਲਈ 15 ਮਿੰਟ ਕੁੱਲ ਸਮਾਂ 25 ਮਿੰਟ ਕਿੰਨੇ ਜਣੇ ਖਾਣਗੇ ਜਾਂ ਸ਼ਕਣਗੇ 5 ਜਣੇ ਹੈਨਾ ਅਸੀਂ ਕਹਿੰਦੇ ਆ ਜਦੋਂ ਅਸੀਂ ਗੱਲ ਕਰਦੇ ਲੰਗਰ ਦੀ ਜਾਂ ਅਸੀਂ ਢੇਗ ਦੀ ਗੱਲ ਕਰਦੇ ਜਨਰਲੀ ਵੀ ਸੇ ਕਿੰਨੇ ਜਣੇ ਵੀ ਸ਼ਕਣਗੇ ਰਾਈਟ ਸੋ 5 ਜਣੇ ਬੱਚਿਓ ਇੱਥੇ ਵੀ ਇੱਕ ਗੱਲ ਹੋਰ ਤੁਹਾਡੇ ਨਾਲ ਸ਼ੇਅਰ ਕਰਨ ਲੱਗੀ ਆ ਕਿ ਪਾ ਮੇਸੀ ਤੇ ਕਿਹਾ ਪੰਜ ਜਣੇ ਸ਼ਕਣਗੇ ਪਰ ਦੇਗ ਹਮੇਸ਼ਾ ਡਿਪੈਂਡ ਕਰਦਾ ਹੈ ਕਿ ਕਿੰਨੀ ਸੰਗਤ ਹੈ ਜੇ ਸਾਡੇ ਕੋਲ ਦੇਗ ਦੀ ਕੁਆਂਟੀਟੀ ਕਾਫੀ ਜ਼ਿਆਦਾ ਹੁੰਦੀ ਹੈ ਤੇ ਸੰਗਤ ਜਿੰਨੀ ਵੀ ਹੋਵੇ ਅਸੀਂ ਉਹਦੇ ਵਿੱਚ ਖੁੱਲਾ ਗੱਫਾ ਵਰਤੋਂਦੇ ਹਾਂ ਕਾਫੀ ਕੁਆਂਟੀਟੀ ਦੇ ਵਿੱਚ ਅਸੀਂ ਦੇਗ ਵਰਤਾ ਸਕਦੇ ਹਾਂ ਜੇ ਸਾਡੇ ਕੋਲੇ ਸੰਗਤ ਬਹੁਤ ਜ਼ਿਆਦਾ ਹੋਵੇ ਕੜਾ ਪ੍ਰਸ਼ਾਦ ਦੀ ਦੇਗ ਦੀ ਕੁਆਂਟੀਟੀ ਕੰਪੈਰੀਟਿਵਲੀ ਘੱਟ ਹੋਵੇ ਤਾਂ ਅਸੀਂ ਕੀ ਕਰਦੇ ਆ ਕਿ ਅਸੀਂ ਥੋੜਾ ਥੋੜਾ ਪ੍ਰਸ਼ਾਦ ਸਾਰੀ ਸੰਗਤ ਵਿੱਚ ਵਰਤਾ ਦਿੰਦੇ ਆ ਇਸ ਤਰ੍ਹਾਂ ਨਹੀਂ ਹੁੰਦਾ ਕਦੇ ਵੀ ਕਿ ਅਸੀਂ ਕੋਈ ਪ੍ਰਸ਼ਾਦ ਤੋਂ ਵੰਡਿਆ ਰਹਿ ਜਵੇਂ ਸੰਗਤ ਨੂੰ ਦੇਖਦੇ ਆ ਜਿਹੜਾ ਵੀ ਕੋਈ ਪ੍ਰਸ਼ਾਦ ਵਰਤਾ ਰਿਆ ਹੁੰਦਾ ਸੇਵਾਦਾਰ ਤਾਂ ਉਹ 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 ਦੇਖ ਕੇ ਕਿ ਕਿੰਨੀ ਸੰਗਤ ਆ ਉਸ ਹਿਸਾਬ ਨਾਲ ਓਨੀ ਓਨੀ ਕੁਆਂਟੀਟੀ ਪ੍ਰਸ਼ਾਦ ਦੀ ਦਿੰਦਾ ਜਾਂਦਾ ਤਾਂ ਜੋ ਕੋਈ ਵੀ ਪ੍ਰਸ਼ਾਦ ਤੋਂ ਬਿਨਾ ਨਾ ਰਵੇ ਠੀਕ ਹੈ ਕੀ ਚਾਹੀਦਾ ਹੈ ਪ੍ਰਸ਼ਾਦ ਬਣਾਉਣ ਵਾਸਤੇ ਕੀ ਚਾਹੀਦਾ ਬਟ ਵੀ ਨੀਡ ਟੂ ਮੇਕ ਕੜਾ ਪ੍ਰਸ਼ਾਦ ਪ੍ਰਸ਼ਾਦ ਬਣਾਉਣ ਲਈ ਸਟੀਲ ਦੀ ਜਾਂ ਲੋਹੇ ਦੀ ਕੜਾਈ ਜਾਂ ਫਰਾਈ ਪੈਨ ਹੈ ਨਾ ਤੁਸੀਂ ਦੇਖ ਰਹੇ ਹੋ ਇੱਥੇ ਕੜਾਈ ਹੈਗੀ ਹੈ ਹਿਲਾਉਣ ਲਈ ਸਟੀਲ ਜਾਂ ਲੋਹੇ ਜਾਂ ਲੱਕੜੀ ਦਾ ਵੱਡਾ ਖੁਰਚਣਾ ਇਹ ਖੁਰਚਣਾ ਸਪੈਚੂਲਾ ਰਾਈਟ ਖੰਡ ਤੇ ਪਾਣੀ ਦਾ ਸ਼ਰਬਤ ਬਣਾਉਣ ਲਈ ਇੱਕ ਪਤੀਲੀ ਇੱਕ ਹੋਰ ਖੁਰਚਣਾ ਸੋ ਅਸੀਂ ਦੋ ਵੱਖਰੇ ਵੱਖਰੇ ਖੁਰਚ ਦੇ ਵਰਤਦੇ ਆ ਕਿਉਂਕਿ ਇਹ ਗਿੱਲਾ ਹੁੰਦਾ ਹੈ ਤੇ ਅਸੀਂ ਜਦੋਂ ਆਟਾ ਭੁੰਨਦੇ ਆ ਉਹ ਦੋ ਅਸੀਂ ਗਿੱਲਾ ਖੁਰਚਣਾ ਨਹੀਂ ਵਰਤਦੇ ਠੀਕ ਹੈ ਜੇ ਅਸੀਂ ਇਹ ਵਰਤਣਾ ਹੋਵੇ ਨੁਸਕਾ ਕਿ ਅਸੀਂ ਵਰਤਾਂਗੇ ਇੱਕ ਬਾਟਾ ਇੱਕ ਕਲੀ ਛੋਟੀ ਕਿਰਪਾਨ ਬਾਟਾ ਤਕਨ ਵਾਸਤੇ ਪੋਣਾ ਪੋਣਾ ਕੀ ਹੁੰਦਾ ਬੱਚਿਓ ਸ਼ਾਇਦ ਤੁਹਾਨੂੰ ਨਾ ਪਤਾ ਹੋਵੇ ਪੋਣਾ ਹੁੰਦਾ ਹੈ ਇੱਕ ਸਕੁਅਰ ਜਨਰਲੀ ਹੁੰਦਾ ਹੈ ਪੀਸ ਆਫ ਕਲੋਥ ਜਿਹੜਾ ਕਿ ਅਸੀਂ ਸਾਫ਼ ਸੁਥਰਾ ਕੱਪੜਾ ਵਰਤਾਂਗੇ ਦੇਗ ਨੂੰ ਟਕਨ ਵਾਸਤੇ ਦੇਗ ਵਾਲੇ ਬਾਟੇ ਨੂੰ ਟਕਨ ਵਾਸਤੇ ਰਾਈਟ ਸੋ ਇਸ ਤਰ੍ਹਾਂ ਜਿੱਦਾਂ ਸਾ ਕਿਚਨ ਟੋਵਲ ਹੁੰਦੇ ਆ ਉਸ ਤਰ੍ਹਾਂ ਦਾ ਇੱਕ ਸਾਫ਼ ਸੁਥਰਾ ਕੱਪੜਾ ਜਿਹੜਾ ਅਸੀਂ ਦੇਗ ਦੇ ਉੱਪਰ ਦਿੰਦੇ ਆ ਟੂ ਕਵਰ ਆਟਾ ਖੰਡ ਮਿਨਣ ਲਈ ਕੋਲੀ ਇਹ ਚੀਜ਼ਾਂ ਸਾਨੂੰ ਚਾਹੀਦੀਆਂ 3 ਜਾਂ 4 ਔਂਸ ਖੰਡ 4 ਔਂਸ ਕਿਉਂ 4 ਔਂਸ ਆਟਾ 12 ਔਂਸ ਪਾਣੀ ਸੋ ਡਿਪੈਂਡ ਕਰਦਾ ਸਮ ਟਾਈਮ ਵੀ ਨੀਡ ਲਿਟਲ ਬਿਟ ਮੋਰ ਵਾਟਰ ਕਿਉਂਕਿ ਆਟੇ ਦੀ ਕੁਆਲਿਟੀ ਤੇ ਡਿਪੈਂਡ ਕਰਦਾ ਜੇ ਮੋਟਾ ਆਟਾ ਹੋਵੇ ਥੋੜਾ ਜ਼ਿਆਦਾ ਪਾਣੀ ਅਸੀਂ ਪਾਉਂਦੇ ਆ ਬਟ ਥਿਸ ਇਜ਼ ਦਾ ਜਨਰਲ ਲਾਈਕ ਯੂ ਨੋ ਮੈਜ਼ਰਮੈਂਟ ਹੈ ਨਾ ਕੀ ਕਰਨਾ ਹੈ ਪਹਿਲਾਂ ਸਾਨੂੰ ਕੀ ਚਾਹੀਦਾ ਹੈ ਉਸੇ ਰੈਡੀ ਕਰਦੇ ਆ ਫਿਰ ਕੀ ਕਰਨਾ ਹੈ ਹਾਊ ਟੂ ਸਟਾਰਟ ਮੇਕਿੰਗ ਪ੍ਰਸ਼ਾਦ ਹੈ ਨਾ ਆਪਣਾ ਸਿਰ ਟਕੋ ਵੀ ਨੋ ਸਿਰ ਕੰਜਨਾ ਚਾਹੀਦਾ ਟਕਣਾ ਚਾਹੀਦਾ ਹੱਥ ਧੋਓ ਰਾਈਟ ਸਾਰੇ ਭਾਂਡੇ ਤੋਂ ਇੱਥੇ ਸਾਡੇ ਕੋਲ ਸਪੈਲਿੰਗ ਐਰਰ ਹੈਗੀ ਆ ਸੋ ਬਟ ਯੂ ਨੋ ਦੈਟ ਥਿਸ ਇਜ਼ ਯੂ ਨੋ ਤੋਵੋ ਹੱਥ ਤੋਵੋ ਸਾਰੇ ਭਾਂਡੇ ਤੋਵੋ ਚੀਜ਼ਾਂ ਮਿਣ ਕੇ ਰੱਖ ਲਓ ਸਟੋਵ ਦੀ ਪਲੇਟ ਤੇਜ਼ ਗਰਮ ਕਰੋ ਨੰਬਰ 2 ਤੇ ਦੂਜਾ ਸਟੈਪ ਕੀ ਹੈ ਸਟੋਵ ਦੀ ਪਲੇਟ ਤੇਜ਼ ਗਰਮ ਕਰੋ ਪਤੀਲੀ ਵਿੱਚ ਪਾਣੀ ਅਤੇ ਖੰਡ ਮਿਲਾਓ ਉਹਨਾਂ ਨੂੰ ਉਬਾਲੋ ਇੱਕ ਪਾਸੇ ਰੱਖ ਦਿਓ ਫਿਰ ਠੀਕ ਨੰਬਰ ਸਟੋਵ ਦੀ ਪਲੇਟ ਵਿੱਚ ਕਾਰਲੇ ਦਰਜੇ ਤੇ ਕਰੋ ਵਿੱਚ ਕਾਰਲਾ ਦਰਜਾ ਮੀਨਿੰਗ ਮੀਡੀਅਮ ਹੀਟ ਤੇ ਕਰੋ ਠੀਕ ਸੋ ਜਿਸ ਤਰ੍ਹਾਂ ਸਟੋਵ ਨੂੰ ਮੀਡੀਅਮ ਹੀਟ ਤੇ ਤੁਸੀਂ ਆਨ ਰੱਖੋ ਫਿਰ ਉਹਦੇ ਵਿੱਚ ਕੀ ਕਰਨਾ ਹੈ ਉਸ ਤੋਂ ਉਸ ਤੋਂ ਬਾਅਦ ਕੜਾਈ ਸਟੋਵ ਦੀ ਪਲੇਟ ਉੱਤੇ ਰੱਖੋ ਕੜਾਈ ਵਿੱਚ ਘਿਓ ਪਾਓ ਜਦ ਪੰਗਰ ਜਾਵੇ ਪੰਗਰ ਜਾਵੇ ਮਤਲਬ ਮੈਲਟ ਹੋ ਜਾਵੇ ਘਿਓ ਰਾਈਟ ਤਾਂ ਆਟਾ ਵਿੱਚ ਪਾ ਦਿਓ ਖੁਰਚਨੇ ਨਾਲ ਹਿਲਾਓ ਨਾਲ ਨਾਲ ਜਪਜੀ ਸਾਹਿਬ ਜਾਂ ਚੋ ਪੈਸੇ ਦਾ ਪਾਠ ਕਰੋ ਜਾਂ ਨਾਮ ਸਿਮਰਨ ਕਰੋ ਜਾਂ ਕੋਈ ਵੀ ਸ਼ਬਦ ਜਿਹੜਾ ਤੁਹਾਨੂੰ ਆਂਦਾ ਹੈ ਉਹਦਾ ਤੁਸੀਂ ਜਾਪ ਕਰ ਸਕਦੇ ਹੋ ਦੇਖ ਤਿਆਰ ਕਰਨ ਲੱਗੇ ਅਸੀਂ ਗੱਲਾਂ ਨਹੀਂ ਕਰਦੇ ਅਸੀਂ ਗੁਰੂ ਜੀ ਦੇ ਨਾਲ ਗੱਲਾਂ ਕਰਦੇ ਆ ਅਸੀਂ ਗੁਰੂ ਜੀ ਦੇ ਨਾਲ ਆਪਣੇ ਆਪਣਾ ਮਨ ਜੋੜਨ ਦੀ ਕੋਸ਼ਿਸ਼ ਕਰਦੇ ਆ ਤਾਂ ਜੋ ਅਸੀਂ ਸੋਹਣੀ ਤਰ੍ਹਾਂ ਗੁਰੂ ਮਹਾਰਾਜ ਨੂੰ ਜਿਹੜੀ ਭੋਗ ਲਵਾਨ ਵਾਸਤੇ ਉਹਨਾਂ ਨੂੰ ਪ੍ਰਵਾਨ ਕਰਵਾਉਣ ਵਾਸਤੇ ਅਸੀਂ ਕਨਾ ਪ੍ਰਸ਼ਾਦ ਦੀ ਦੇਖਦਿਆਰ ਕਰ ਸਕੀਏ ਕੋਈ 10 ਮਿੰਟ ਤੱਕ ਭੁੰਨੋ ਰਾਈਟ ਸੋ ਇਹ ਅੰਦਾਜ਼ਾ ਹੈ ਬਟ ਤੁਸੀਂ ਦੇਖਣਾ ਹੈ ਜਦ ਆਟਾ ਆਟੇ ਦਾ ਰੰਗ ਸੁਨਹਿਰੀ ਪੂਰਾ ਹੋ ਜਾਵੇ ਤੇ ਘਰ ਵਿੱਚ ਬਹੁਤ ਸੋਹਣੀ ਖੁਸ਼ਬੂ ਆਵੇ ਤਾਂ ਆਟਾ ਭੁੰਨ ਕੇ ਤਿਆਰ ਹੈ ਠੀਕ ਹੈ ਇੱਥੇ ਆ ਤੁਸੀਂ ਪਿਕਚਰਸ ਦੇਖ ਰਹੇ ਹੋ ਸੋ ਐ ਮੇਜਰ ਕੀਤੀਆਂ ਹੋਈਆਂ ਚੀਜ਼ਾਂ ਨੇ ਫਿਰ ਉਸ ਤੋਂ ਬਾਅਦ ਕੜਾਈ ਵਿੱਚ ਕਿਉ ਪਾਇਆ ਉਸ ਤੋਂ ਬਾਅਦ ਆਟਾ ਪਾਇਆ ਫਿਰ ਤੁਸੀਂ ਪੁੰਨਦੇ ਹੋ ਰਾਈਟ ਆਟਾ ਤੇ ਉਸ ਤੋਂ ਬਾਅਦ ਹੁਣ ਆਪਾਂ ਅੱਗੇ ਚੱਲਦੇ ਹਾਂ ਇਸ ਵਿੱਚ ਹੁਣ ਹੌਲੀ ਹੌਲੀ ਖੰਡ ਵਾਲਾ ਪਾਣੀ ਪਾਓ ਧਿਆਨ ਨਾਲ ਕੰਮ ਕਰੋ ਗਰਮ ਕਿਉ ਪਾਣੀ ਨਾਲ ਟਿੜਕਣ ਲੱਗ ਜਾਂਦਾ ਹੈ ਹੈਨਾ ਤੇ ਤੁਹਾਡੀ ਬਾਹ ਜਾਂ ਮੂੰਹ ਤੇ ਪੈ ਸਕਦਾ ਹੈ ਛੇਤੀ ਛੇਤੀ ਹਿਲਾਉਂਦੇ ਰਹੋ ਛੇਤੀ ਛੇਤੀ ਕਿਉ ਹਿਲਾਉਣਾ ਹੈ ਕਿਉਂਕਿ ਛੇਤੀ ਛੇਤੀ ਕਿਉਂ ਹਿਲਾਉਣਾ ਹੈ ਤਾਂ ਜੋ ਆਟੇ ਦੀਆਂ ਗੰਡਾ ਨਾ ਬਣ ਜਾਣ ਉਹਦੇ ਵਿੱਚ ਲੰਪ ਨਾ ਬਣ ਜਾਣ ਠੀਕ ਹੈ ਸੋ ਪਾਣੀ ਤੇ ਆਟਾ ਕਿਉਂ ਰਲ ਮਿਲ ਜਾਣਗੇ ਤੇ ਕੜਾ ਤਿਆਰ ਹੋ ਜਾਵੇਗਾ ਸਟੋਵ ਬੰਦ ਕਰ ਦਿਓ ਕੜਾ ਪ੍ਰਸ਼ਾਦ ਤਿਆਰ ਹੋ ਜਾਵੇਗਾ ਸਟੋਵ ਬੰਦ ਕਰ ਦਿਓ ਬਾਟੇ ਨੂੰ ਸੌਰੀ ਪ੍ਰਸ਼ਾਦ ਨੂੰ ਬਾਟੇ ਵਿੱਚ ਪਾ ਕੇ ਕੱਪੜੇ ਨਾਲ ਢੱਕ ਕੇ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਪੇਸ਼ ਕਰੋ ਛੇ ਪੌੜੀਆਂ ਅਨੰਦ ਸਾਹਿਬ ਦਾ ਪਾਠ ਕਰੋ ਅਰਦਾਸ ਕਰੋ ਹੁਕਮਨਾਮਾ ਲਵੋ ਪਹਿਲਾਂ ਪੰਜ ਸਿੰਘਾਂ ਨੂੰ ਪ੍ਰਸ਼ਾਦ ਦਿਓ ਜਾਂ ਇੱਕ ਇੱਕ ਕਰਕੇ ਪੰਜ ਮੁਠੀਆਂ ਪ੍ਰਸ਼ਾਦ ਭਰ ਕੇ ਬਾਟੇ ਵਿੱਚ ਪਾਓ ਪੰਜਾਂ ਸਿੰਘਾਂ ਨੂੰ ਅਸੀਂ ਪੰਜ ਪਿਆਰਿਆਂ ਨੂੰ ਇੱਥੇ ਗੁਰੂ ਸਾਹਿਬ ਜੀ ਦੇ ਪੰਜ ਪਿਆਰਿਆਂ ਨੂੰ ਯਾਦ ਕਰਦੇ ਹਾਂ ਫਿਰ ਇੱਕ ਛੋਟੀ ਕੌਲੀ ਵਿੱਚ ਥੋੜਾ ਪ੍ਰਸ਼ਾਦ ਪਾ ਕੇ ਗੁਰੂ ਗ੍ਰੰਥ ਸਾਹਿਬ ਦੀ ਵੀਡੀਓ ਦੇਖਿਆ ਰੱਖੋ ਇਹ ਪ੍ਰਸ਼ਾਦ ਗੁਰੂ ਜੀ ਦੀ ਹਜ਼ੂਰੀ ਵਿੱਚ ਬੈਠੇ ਹੋਏ ਸੇਵਾਦਾਰ ਲਈ ਹੁੰਦਾ ਹੈ ਫਿਰ ਮੁਠੀ ਪਰ ਗਰਮ ਗਰਮ ਪ੍ਰਸ਼ਾਦ ਛਕੋ ਅਤੇ ਸ਼ਕਾਓ ਸੋ ਪ੍ਰਸ਼ਾਦ ਕਿਸ ਤਰ੍ਹਾਂ ਬਣਾਇਆ ਜਾਂਦਾ ਹੈ ਕਿਸ ਤਰ੍ਹਾਂ ਵਰਤਾਇਆ ਜਾਂਦਾ ਹੈ ਕਿਸ ਤਰ੍ਹਾਂ ਗੁਰੂ ਸਾਹਿਬ ਜੀ ਨੂੰ ਭੋਗ ਲਗਵਾਇਆ ਜਾਂਦਾ ਹੈ ਪ੍ਰਵਾਨ ਕਰਵਾਇਆ ਜਾਂਦਾ ਹੈ ਉਹ ਤੁਸੀਂ ਇਸ ਵਿੱਚ ਉਹ ਪਿਕਚਰ ਮਿਸਿੰਗ ਹੈ ਪਿਛਲੇ ਪਾਰਟ ਵਿੱਚ ਉਹ ਪਿਕਚਰ ਸੀ ਜਦੋਂ ਅਸੀਂ ਕੜਾ ਪ੍ਰਸ਼ਾਦ ਅਰਦਾਸ ਤੋਂ ਬਾਅਦ ਕੜਾ ਪ੍ਰਸ਼ਾਦ ਦੀ ਦੇਗ ਨੂੰ ਗੁਰੂ ਸਾਹਿਬ ਜੀ ਨੂੰ ਪਰਵਾਨ ਕਰਾਉਣੇ ਤਾਂ ਅਸੀਂ ਕਿਰਪਾਨ ਭੇਟ ਕਰਦੇ ਹਾਂ ਉਦੋਂ ਕੀ ਆ ਕਿ ਜਾਂਦਾ ਹੈ ਤੁਸੀਂ ਬਹੁਤ ਵਾਰ ਸੁਣਿਆ ਹੋਏਗਾ ਗੁਰੂ ਸਾਹਿਬ ਜੀ ਨੂੰ ਜਦੋਂ ਅਸੀਂ ਅਰਦਾਸ ਕਰਦੇ ਹਾਂ ਕਹਿੰਦੇ ਹਾਂ ਕਿ ਕੜਾ ਪ੍ਰਸ਼ਾਦ ਦੀ ਦੇਗ ਹਾਜ਼ਰ ਹੈ ਆਪ ਜੀ ਨੂੰ ਪਰਵਾਨ ਹੋਵੇ ਪਰਵਾਨ ਹੋਇਆ ਪ੍ਰਸ਼ਾਦ ਸਾਧ ਸੰਗਤ ਦੀ ਰਸਨਾ ਲਾਇਕ ਹੋਵੇ ਜੋ ਜੋ ਛਕੇ ਸ્વાસ ਸ્વાસ ਆਪ ਜੀ ਦਾ ਨਾਮ ਸਤਨਾਮ ਸ੍ਰੀ ਵਾਇਗੁਰੂ ਜਪੇ ਐਸੀ ਕਹਿੰਦੇ ਆ ਗੁਰੂ ਸਾਹਿਬ ਜੀ ਨੂੰ ਤੇ ਪ੍ਰਸ਼ਾਦ ਨਾਲ ਅਸੀਂ ਕਿਰਪਾਨ ਭੇਟ ਕਰਦੇ ਆ ਕਿਰਪਾਨ ਪ੍ਰਸ਼ਾਦ ਦੇ ਵਿੱਚ ਅਸੀਂ ਫੇਰਦੇ ਆ ਸੋ ਗੁਰੂ ਜੀ ਸਾਹਿਬ ਜੀ ਨੂੰ ਪ੍ਰਵਾਨ ਕਰਾ ਕੇ ਉਸ ਤੋਂ ਬਾਅਦ ਅਸੀਂ ਪ੍ਰਸ਼ਾਦ ਸੰਗਤ ਦੇ ਵਿੱਚ ਵਰਤੋਂਦੇ ਆ ਜਿਸ ਤਰ੍ਹਾਂ ਇੱਥੇ ਪਹਿਲਾਂ ਅਸੀਂ ਸਿੱਖਿਆ ਸੀ ਠੀਕ ਹੈ ਜੀ ਸੋ ਹੁਣ ਇਸ ਤੋਂ ਬਾਅਦ ਅਸੀਂ ਜਿਹੜੀਆਂ ਸਾਡੀਆਂ ਹੋਰ ਐਕਟੀਵਿਟੀਆਂ ਨੇ ਪਾਠ ਪੜ੍ਹ ਕੇ ਸੀ ਕਰਦੇ ਆ ਉਹਨਾਂ ਨੂੰ ਅਸੀਂ ਕਰਾਂਗੇ ਸੋ ਹੁਣ ਸੀ ਫੋਲੋ ਅਪ ਐਕਟੀਵਿਟੀ ਜਿਹੜੀ ਕਰਦੇ ਆ ਹਰ ਪਾਠ ਦੇ ਵਿੱਚ ਫਾਈਂਡ 올 ਦਾ ਵੋਕੈਬਲਰੀ ਵਰਡਸ ਇਨ ਥਿਸ ਆਰਟੀਕਲ ਐਂਡ ਸਰਕਲ देम ਸੋ ਉਹ ਤੁਸੀਂ ਇਹਦੇ ਵਿੱਚ ਇਹ ਜਿਹੜੇ ਸ਼ਬਦ ਨੇ ਉਹ ਤੁਸੀਂ ਪਾਠ ਪੜ੍ਹਦੇ ਆ ਇਹਦੇ ਵਿੱਚ ਦੇਖੋਗੇ ਤੇ ਸਰਕਲ ਕਰੋਗੇ ਜੇ ਤੁਹਾਨੂੰ ਕੋਈ ਹੋਰ ਸ਼ਬਦ ਲੱਗੇ ਜਿਹੜਾ ਕਿ ਮੁਸ਼ਕਲ ਹੋਵੇ ਉਹ ਤੁਸੀਂ ਅਮ ਕਰ ਸਕਦੇ ਹੋ ਸਰਕਲ ਤੇ ਤੁਹਾਡੇ ਟੀਚਰ ਤੁਹਾਨੂੰ ਦੱਸਣਗੇ ਉਹਦਾ ਮਤਲਬ ਠੀਕ ਹੈ ਕਿ ਤੁਸੀਂ ਡਿਫਰੈਂਟ ਕਲਰ ਦੇ ਵਿੱਚ ਉਹਨੂੰ ਸਰਕਲ ਕਰ ਲੈਣਾ ਤੇ ਆਪਣੇ ਟੀਚਰ ਨੂੰ ਜ਼ਰੂਰ ਪੁੱਛਣਾ ਤਾਂ ਜੋ ਤੁਹਾਨੂੰ ਚੰਗੀ ਤਰ੍ਹਾਂ ਪਾਠ ਸਮਝ ਆ ਜਾਏ ਠੀਕ ਹੈ ਜੀ ਸੋ ਅਗੇ ਸਾਡੇ ਕੋਲ ਹੈਗਾ ਹੋਮਵਰਕ ਕਰਦਾ ਕੰਮ রাইਟ ਆਨਸਰਸ ਟੂ ਕੁਐਸਚਨਸ ਇੱਕ ਕੁਐਸਚਨ ਹੈ ਕੁਐਸਚਨ ਨੰਬਰ 1 ਪ੍ਰਸ਼ਾਦ ਬਣਾਉਣ ਲਈ ਕਿਹੜੀਆਂ ਤਿੰਨ ਚੀਜ਼ਾਂ ਇੱਕੋ ਜਿੰਨੀਆਂ ਚਾਹੀਦੀਆਂ ਹਨ ਤੇ ਮੈਂ تین ਚੀਜ਼ਾਂ ਕਿਡੀਆਂ ਹੈਗੀਆਂ ਪ੍ਰਸ਼ਾਦ ਬਣਾਉਣ ਲਈ ਤੁਸੀਂ ਉਹਨਾਂ ਨੂੰ ਪਹਿਲਾਂ ਦੇਖੋਗੇ ਤੇ ਪਾਠ ਦੇ ਵਿੱਚੋਂ ਪੜੋ ਦੁਬਾਰਾ ਜਾਂ ਸੁਣੋ ਤੇ ਫਿਰ ਤੁਸੀਂ ਲਿਖੋ ਕੰਪਲੀਟ ਸੈਂਟੈਂਸਸ ਦੇ ਵਿੱਚ ਆਨਸਰ ਲਿਖੋ ਪੂਰੇ ਵਾਕਾਂ ਦੇ ਵਿੱਚ ਆਨਸਰ ਦੇਣਾ ਹੈ ਉੱਤਰ ਦੇਣਾ ਹੈ ਠੀਕ ਹੈ ਪ੍ਰਸ਼ਾਦ ਬਣਾਉਣ ਲਈ ਕਿਹੜਾ ਪਾਂਡਾ ਚਾਹੀਦਾ ਹੈ ਵਟ ਕਾਈਂਡ ਆਫ ਪਾਟ ਵਟ ਕਾਈਂਡ ਆਫ ਯੂ نو ਬਰਤਨ ਯੂ ਕੈਨ ਯੂਜ਼ ਫਾਰ ਹਨਾ ਆ ਟੂ ਬੇ ਪ੍ਰਸ਼ਾਲ ਤੁਸੀਂ ਤੇਲਕੋਗੇ ਪ੍ਰਸ਼ਾਦ ਬਣਾਉਣ ਵੇਲੇ ਕਿਹੜੀ ਬਾਣੀ ਦਾ ਪਾਠ ਕੀਤਾ ਜਾ ਸਕਦਾ ਹੈ ਠੀਕ ਸੋ ਕਿਸੇ ਵੀ ਬਾਣੀ ਦਾ ਪਾਠ ਜਾਂ ਕੋਈ ਸ਼ਬਦ ਦਾ ਜਾਪ ਕਰ ਸਕਦੇ ਹੋ ਮੂਲ ਮੰਤਰ ਪੜ ਸਕਦੇ ਹੋ ਪਰ ਤੁਸੀਂ ਅਥੇ ਆਪਣੇ ਵੱਲੋਂ ਅਸਰ ਲਿਖੋਗੇ ਪ੍ਰਸ਼ਾਦ ਬਣਾਉਣ ਵੇਲੇ ਕਿਹੜੇ ਸਮੇਂ ਧਿਆਨ ਨਾਲ ਕੰਮ ਕਰਨਾ ਚਾਹੀਦਾ ਹੈ ਵੈਸੇ ਤਾਂ ਕੋਈ ਵੀ ਕੰਮ ਕਰਦਿਆਂ ਸਾਨੂੰ ਹਰ ਸਮੇਂ ਧਿਆਨ ਰੱਖਣਾ ਚਾਹੀਦਾ ਹੈ ਪਰ ਸਪੈਸ਼ਲ ਟਾਈਮ ਹੈਗਾ ਪ੍ਰਸ਼ਾਦ ਬਣਾਉਂਦੇ ਆ ਕਿਹੜੇ ਵੇਲੇ ਬਹੁਤ ਜ਼ਿਆਦਾ ਧਿਆਨ ਦੇਣਾ ਚਾਹੀਦਾ ਤਾਂ ਜੋ ਤੁਹਾਡੇ ਤੇ ਜਿਹੜਾ ਪ੍ਰਸ਼ਾਦ ਗਰਮ ਪ੍ਰਸ਼ਾਦ ਦੇ ਛਿੱਟੇ ਨਾ ਪੈ ਜਾਣ ਸਪਲੈਟਰ ਹੁੰਦਾ ਜਦੋਂ ਰਾਈਟ ਜਦੋਂ ਤੁਸੀਂ ਪਾਣੀ ਐਡ ਕਰਦੇ ਹੋ ਪਰ ਤੁਸੀਂ ਪੜੋ ਪਾਠ ਤੇ ਦੁਬਾਰਾ ਤੁਸੀਂ ਲਿਖੋ ਸਟੋਵ ਨੂੰ ਤੇਜ ਕਿਸ ਵੇਲੇ ਚਲਾਉਣਾ ਚਾਹੀਦਾ ਹੈ ਅਨਸਰ दैट ਮੰਗਲਵਾਰ ਘਰ ਦਾ ਕੰਮ ਪ੍ਰਸ਼ਾਦ ਵਿੱਚ ਪਾਉਣ ਵਾਲੀਆਂ ਚੀਜ਼ਾਂ ਕਈ ਗੁਣ ਸਾਨੂੰ ਸਿਖਾਉਂਦੀਆਂ ਹਨ ਚੀਜ਼ਾਂ ਦੇ ਨਾਂ ਨੂੰ ਉਹਨਾਂ ਦੇ ਗੁਣਾਂ ਨਾਲ ਜੋੜਨਾ ਇਹ ਚੀਜ਼ਾਂ ਦੇ ਨਾਂ ਹਨ ਇਧਰ ਚੀਜ਼ਾਂ ਦੇ ਗੁਣ ਹਨ ਉਹਨਾਂ ਦੇ ਉਸ ਚੀਜ਼ ਦਾ ਕੀ ਗੁਣ ਹੈ ਕਿ ਉਹਦਾ ਕੀ ਗੁਣ ਹੈ ਆਟੇ ਦਾ ਗੁਣ ਕੀ ਹੈ ਖੰਡ ਦਾ ਗੁਣ ਪਾਣੀ ਦਾ ਗੁਣ ਅੱਗ ਦੇ ਸੇਕ ਦਾ ਗੁਣ ਠੀਕ ਹੈ ਇਧਰ ਤੁਹਾਡੇ ਕੋਲੇ ਅਨਸਰਸ ਨੇ ਇਨਨੂੰ ਤੁਸੀਂ ਰਾਈਟ ਜਿਹੜੀ ਫਰੇਜ਼ ਦੇ ਨਾਲ ਜੋੜੋਗੇ ਜੀਵਨ ਸ਼ਕਤੀ ਹੈ ਨਿਗ ਅਤੇ ਤਾਕਤ ਜਾਂ ਸ਼ਕਤੀ ਹੈ ਸ਼ੁੱਧਤਾ ਤੇ ਪਵਿੱਤਰਤਾ ਹੈ ਮਿਠਾਸ ਤੇ ਪਿਆਰ ਹੈ ਨਿਮਰਤਾ ਹੈ ਖੰਡ ਵਿੱਚ ਮਿਠਾਸ ਹੁੰਦੀ ਹੈ ਖੰਡ ਮਿੱਠੀ ਹੁੰਦੀ ਆ ਹੈਨਾ ਸੋ ਤੁਹਾਨੂੰ ਪਤਾ ਹੈ ਤੇ ਤੁਸੀਂ ਦੇਖਣਾ ਕਿ ਕਿਹਦੇ ਨਾਲ ਕਿਹੜਾ ਆਂਸਰ ਚਾਹੀਦਾ ਸੋ ਨੈਕਸਟ ਵਨ ਜਦ ਅਸੀਂ ਕੜਾ ਪ੍ਰਸ਼ਾਦ ਛਕਦੇ ਹਾਂ ਤਾਂ ਸਾਡੇ ਵਿੱਚ ਕਿਹੜੇ ਗੁਣ ਆ ਜਾਣੇ ਚਾਹੀਦੇ ਹਨ ਠੀਕ ਹੈ ਸੋ ਉਹ ਤੁਸੀਂ ਪਾਠ ਪੜ੍ਹ ਕੇ ਜੋ ਚਾਹ ਸੁਣ ਕੇ ਤੁਸੀਂ ਲਿਖਣਾ ਹੈ ਤੇ ਵੀਰਵਾਰ ਕਰਦਾ ਕੰਮ ਇਹ ਤੁਸੀਂ ਹਰ ਪਾਠ ਲਈ ਕਰਦੇ ਹੋ ਸੈਟ ਦਾ ਟਾਈਮਰ ਰੀਡ ਥਿਸ ਐਸੇ ਹਾਊ ਮਨੀ ਮਿੰਟਸ ਡਿਡ ਇਟ ਟੇਕ ਠੀਕ ਹੈ ਸੋ ਇਹਦੇ ਨਾਲ ਤੁਸੀਂ ਆਪਣੀ ਜਿਹੜੀ ਆ ਦੇਖ ਸਕਦੇ ਹੋ ਕਿ ਤੁਸੀਂ ਕਿੰਨਾ ਚੰਗੀ ਤਰ੍ਹਾਂ ਪਾਠ ਪੜ ਸਕਦੇ ਹੋ ਹੋਂ ਕਿੰਨੇ ਕਿੰਨਾ ਕਰੈਕਟ ਪੜ ਸਕਦੇ ਹੋ ਕਿੰਨਾ ਤੁਸੀਂ ਜਲਦੀ ਪੜ ਸਕਦੇ ਹੋ ਪਹਿਲਾਂ ਨਾਲੋਂ ਬੈਟਰ ਹੋਏ ਹੋਣੇ ਚਾਹੀਦੇ ਹੋ ਤੁਸੀਂ ਇਹ ਤੁਹਾਡਾ ਗੋਲ ਹੋਣਾ ਚਾਹੀਦਾ ਹੈ ਕਿ ਜਦੋਂ ਤੁਸੀਂ ਸ਼ੁਰੂ ਕੀਤੀ ਸੀ ਇਹ ਕਲਾਸ ਲੈਵਲ 5 ਤੇ ਉਹਦੇ ਨਾਲੋਂ ਤੁਸੀਂ ਬੈਟਰ ਤੁਹਾਡੀ ਫਲੂਐਂਸੀ ਤੁਹਾਡੀ ਐਕਿਊਰੇਸੀ ਜਿਹੜੀ ਹੈ ਬੈਟਰ ਹੋਣੀ ਚਾਹੀਦੀ ਹੈ ਠੀਕ ਹੈ ਜੀ ਸੋ ਅੱਜ ਇੰਨਾ ਹੀ ਕਹਿ ਕੇ ਮੈਂ ਇੱਥੇ ਪਾਠ ਬੰਦ ਕਰਦੀ ਹਾਂ ਸੋ ਚਲੋ ਫਤਿਬ ਲਾਈਏ ਤੁਸੀਂ ਆਪਣਾ ਪਾਠ ਚੰਗੀ ਤਰ੍ਹਾਂ ਪੜ੍ਹਦੇ ਰਹੋ ਪੰਜਾਬੀ ਸੋਹਣੀ ਤਰ੍ਹਾਂ ਸਿੱਖਦੇ ਰਹੋ ਏਵਰੀ ਡੇ ਫਿਊ ਮਿੰਟਸ ਤੁਸੀਂ ਪੰਜਾਬੀ ਪੜ੍ਹੋ ਜਿਹੜਾ ਕੰਮ ਹੁੰਦਾ ਘਰ ਦਾ ਉਹਨੂੰ ਚੰਗੀ ਤਰ੍ਹਾਂ ਕਰੋ ਤਾਂ ਜੋ ਤੁਸੀਂ ਸੋਹਣੀ ਤਰ੍ਹਾਂ ਸਿੱਖ ਸਕੋ ਠੀਕ ਹੈ ਜੀ ਸੋ ਹੁਣ ਅਸੀਂ ਫਤਿਬ ਲਾਂਦੇ ਹਾਂ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ